ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਬਾਈ, ਡੇ ਟੂ ਡੇ ਲੱਗੇ ਹੋਏ ਕੰਮ ਕਰਨ। ਹੁਣ ਨਾਈਟ ਆ ਗਈ, ਕੱਲ੍ਹ ਤੁਹਾਨੂੰ ਦੱਸਿਆ ਜੀ ਦਾ ਮਿੱਟੀ ਲੱਗੇ ਹੋਏ ਆ ਭਰਨ ਸ਼ੈੱਡ ਵਾਸਤੇ। ਇੱਕ ਟਰਾਲਾ ਲੈ ਗਏ ਅਤੇ ਉਹਦਾ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਗਿਆ। ਸਾਨੂੰ ਤਾਂ ਇਹਦਾ ਇੱਕ ਟਰਾਲੇ ਨਾਲੇ ਸਰ ਜਾਣਾ, ਬਾਕੀ ਮਾਸਰ ਦੱਸੂੰਗਾ। ਮਾਸਰ ਦੱਸ ਵੀ ਕਿੰਨੀ ਗੁੰਜਾਇਸ਼ ਆ ਹੋਰ ਟਰਾਲੇ ਦੀ। ਸਤਿ ਸ਼੍ਰੀ ਅਕਾਲ ਜੀ। ਲੈਵਲ 'ਚ ਬਲ ਲੈਵਲ ਇੱਕ ਟਰਾਲੇ ਦਾ ਸਰ ਜਾਣਾ ਜੀ। ਇੱਕ ਟਰਾਲਾ ਅਸੀਂ ਗੇਰਤਾ ਵੀ ਬਹੁਤਾ ਉੱਚਾ ਨਹੀਂ ਕਰਨਾ ਹੈਗਾ, ਤੂੜੀਓ ਪਾਉਣ ਉਹਦੇ ਵਿੱਚ ਬਾਇ ਟਰਾਲੇ ਦਾ ਸਾਡਾ ਸਰ ਜਾਣਾ। ਜਾਣੀ ਅੱਜ ਅਸੀਂ ਆ ਗਏ ਟਾਈਮ ਗਿਆ ਭਰਨ, ਕੱਲ੍ਹ ਹਨੇਰਾ ਹੋ ਗਿਆ ਤਾਂ ਵੀ ਟਰਾਲਾ ਜਿਹੜਾ ਅਸੀਂ ਲਿਜਾਣਾ ਡਬਲ ਲੈ ਜਾਂਦੇ ਭਰ ਕੇ ਜੀ। ਹਾਂ ਵੀ ਇੰਨੇ ਸਰ ਜਾਂਦਾ ਸਾਦਾ ਭਾਈ ਚੜ੍ਹਨਾ ਜੀ। ਹੁਣ ਕਹੀ ਚੱਲਦੀ ਆ ਆਪੇ ਸਰੀਰ ਦੱਸਦਾ ਗਰਮੀ ਆਈ ਤੇਰੇ ਮਗਰ ਥੋੜ੍ਹਾ ਸੁੱਕਾ ਖੜਾ ਉੱਧਰ ਦੇਖ ਤੂੰ ਸਾਹੇ ਚੜ੍ਹਦਾ ਸਤਿ ਸ਼੍ਰੀ ਅਕਾਲ ਜੀ। ਮੈਨੂੰ ਕਹਿੰਦੇ ਬਣਾਇਆ ਝੱਗਾ ਖੋਲਤਾ ਵਾ, ਜੇ ਕੰਮ ਕਰੂੰਗਾ ਤਾਂ ਹੀ ਝੱਗਾ ਖੋਲੂ, ਥੋੜਾ ਕਿ ਖੋਲੂ ਝੱਗਾ ਝੱਗਾ ਤਾਂ ਮੈਂ ਖੋਲਿਆ। ਚੌਂਦੀ ਗਰਮੀ ਦਿਖਾ ਦੇ ਮੇਰੇ ਮੂੰਹ ਤੇ, ਗਰਮੀ ਚੌਂਦੀ ਸਾਰੀ ਦਿਖਾ ਦੇ ਕਿਸੇ ਚੌਂਦੀ। ਹਾਂ ਠੀਕ ਹੈ ਗੱਲ, ਮਲਾਉਣੇ ਤਾਂ ਨੀ ਗਿਆ ਢਿੱਡ, ਤਾਕਤ ਵਾਲੀਆਂ ਚੀਜ਼ਾਂ ਖਲਾਈ ਕਰੋ, ਨਵੀਆਂ ਨਵੀਆਂ ਚੀਜ਼ਾਂ ਖਲਾਈ ਜਾਂਦੇ ਉਹ ਜਾਨ ਪਾਉਂਦੀਆਂ। ਕੰਮ ਜਾਨ ਤੋੜ ਮਾ ਲੈਂਦੇ ਤੁਸੀਂ, ਕਈ ਚੱਲਦੀ ਜਵਾਬ ਦੇਣ ਦੇ ਦੂਗੀ, ਕਈ ਚੱਲਦੀ ਜਵਾਬ ਦਵਾ ਦੂਗੀ। ਗਰਮੀ ਚ ਉਹੀ ਨਿਕਲ ਹੋਰ ਨਿਕਲ ਜੇ ਨਾ ਮੈਂ ਲੱਗਣ ਫਿਰ ਸ਼ਾਮ ਤੇ ਰੋਟੀ ਦੀ ਲੋੜ ਹੁੰਦੀ ਹੁਣੀ ਨੇ ਖੋਲ ਦੇਣਾ ਅੰਦਰ ਫਿਰ। ਜਾਣਦੇ ਗੁੱਸੇ ਨੂੰ ਹੁਣ ਇੰਨਾ ਖਿੱਚੀ ਦੇ ਕੰਮ ਫਟਾਫਟ ਖਿੱਚਦਾ ਮੈਂ ਤੇਰੇ ਕੋਲ ਆ ਗਿਆ, ਮੈਂ ਦੇਖ ਲਾ ਕਿੱਥੇ ਦੇ ਤੱਕ ਭਰਦਾ ਬਾਈ। ਦੇਖੋ ਨੂੰ ਗਰਮੀ ਦਿਖਾ ਆਉਂਦੀ ਦਿਖਦੀ ਆ, ਇਹ ਖੜਦਾ ਫੋਕਸ ਕਰਨ ਦੇ ਗਰਮੀ ਇਹ ਸਾਫ ਨਹੀਂ ਕਰਦਾ, ਅਸੀਂ ਆ ਦੇਖ ਲਾ। ਹਾਂ ਸਾਨੂੰ ਕੋਈ ਬਾਹਰ ਮਾਰ ਦਿੱਤੇ ਸਾਫ ਕਰ ਲਾ, ਅਸੀਂ ਝਾੜ ਝਾੜ ਕੇ ਕਦੇ ਤੂੰ ਤਾਂ ਝਾੜਦਾ ਹੀ ਨਹੀਂ, ਬਸ ਕਰ ਇਹਨੂੰ ਕਾਣ ਤਾਂ ਨਹੀਂ ਆਉਂਦੀ ਸਾਨੂੰ, ਜਦੇ ਕਾਣ ਤਾਂ ਅਸੀਂ ਤਾਰੀ ਜਾਂਦੇ ਨਾਲ ਦੀ ਨਾਲ ਥੱਲੇ ਤੇ ਕਾਗਰੀ ਵੀ। ਹੈਂ ਥੱਲੇ ਮਿੱਟੀ ਦੇਖ ਲਾ ਸਲਾਬੀ ਪਈ ਆ ਫਰਕ ਪਤਾ ਕਿਆ ਹੈ, ਇਹ ਬਾਹਰ ਕੱਢੀ ਜਾਂਦੀ ਆ ਇਹ ਅੰਦਰੇ ਚੁੱਸੀ ਜਾਂਦੀ, ਬਸ ਆਹ ਫਰਕ ਆ। ਗਰਮੀ ਕਿੱਦੀ ਨੱਕ ਪਰੇ ਥੱਲੇ ਫੇਰ ਤਾਂ ਹੱਥ ਮੈਂ ਵੀ ਨਹੀਂ ਫੇਰਿਆ, ਹੁਣ ਤਾਂ ਮਿੱਟੀ ਲੱਗੀ ਵੀ ਹੁੰਦੀ ਮੈਨੂੰ ਪਛਾਣ ਵੀ ਨਹੀਂ ਹੋਣਾ ਮੈਂ ਤੂੰ ਜੁੜਿਆ ਨਾ ਭਰਦਾ ਮਿੱਟੀ ਲੈ ਮਾਰਦਾ ਗੱਲਾਂ ਤੇਰੇ ਸਾਫ ਪਏ ਜਾਣ ਆਏ ਟੱਕ ਨੂੰ ਥੱਲੇ ਤੁਪਕਾ ਗਿਰਦਾ ਨੱਕ ਪਰੇ ਤੇਰੇ ਬਾਈ ਮੂੰਹ ਪਰ ਵਾਲ ਆ, ਇੱਕ ਹੋਰ ਤੁਹਾਨੂੰ ਦੱਸਦਾ ਬਾਈ ਮੇਰੇ ਮੂੰਹ ਪਰ ਵਾਲ ਲਈ ਇਹਦੇ ਵਾਲ ਗਿੱਲੇ ਹੋਈ ਜਾਂਦੇ ਆ ਮੇਰੇ, ਹੁਣ ਐਂ ਝੜੀ ਜਾਂਦੀ ਸਿੱਧੀ ਆ ਦੇ ਹੁਣ ਸਾਫ ਮੈਦਾਨ ਪਿਆ ਸਿੱਧੀ ਚੋਕੇ ਹੇਠਾਂ ਇਹਦੇ ਖੜ ਕੇ ਜਾਂਦੀ ਆ ਗਰਮੀ ਤੇਰੇ ਹਵਾ ਲੱਗੀ ਜਾਂਦੀ। ਹਾਂ ਮੇਨ ਤਾਂ ਉਹ ਆ ਇਹਦੇ ਹਵਾ ਨਹੀਂ ਲੱਗਦੀ ਹਲਕਾ ਯਾਰ ਦਾੜੀ ਦੂੜੀ ਦਾ ਇਹ ਗੱਲਾਂ ਥੋੜੋ ਗਰਮੀ ਕਰ ਦੇ ਕੀ ਮੈਨੂੰ ਕਿਆ ਕਹਿੰਦਾ ਹੁਣ ਤੂੰ ਤੂੰ ਦੱਸ ਦੇ ਆਪਣੀ ਗਰਮੀ ਆਉਂਦੀ ਨਹੀਂ ਕਹਾਂ ਆਪਾਂ ਨੂੰ ਯਾਰ, ਉਹ ਆਉਂਦੀ ਤਾਂ ਹੈਗੀ ਆ ਮੇਰੀ ਤਿਲਕ ਘੇੜ ਆਈ ਸੀ ਤੁਹਾਡੀ ਬਾਲਾ ਪਰ ਖੜ ਕੇ ਆਉਂਦੀ ਆ ਜੇ ਕਬੱਡੀ ਵਾਲੇ ਬੌਮ ਨਹੀਂ ਮਾਰ ਕੇ ਆਉਂਦੇ ਹਾਂ ਇਹ ਮੂੰਹ ਮੂੰਹ ਬਲ ਕੇ ਆਏ ਵਿਆਹ ਵਿੱਚ ਕਈ ਪਲੇਅਰ ਬਾਈ ਮੂੰਹ ਬਣ ਲੈਂਦੇ ਗਰਮੀ ਆਉਣੇ ਨੂੰ ਆਓ ਅਸੀਂ ਕਬੱਡੀ ਖੇਡ ਕੇ ਆਏ ਨਾ ਦੋਏ ਜਾ ਕੇ ਮੈਰ ਮਾਸਰ ਰੈਡਰ ਮਾਰ ਲੈਂਦੇ ਰੈਡਰ। ਹਾਂ ਮਾਸਰ ਲੱਗਿਆ ਬਹੁਤ ਸਪੀਡ ਨਾਲ ਤਾਂ ਕਿ ਹੁਣ ਫੋਨ ਆ ਗਿਆ ਵੀ ਉਹ ਵੀ ਪਕੌੜੇ ਪਕੂੜੇ ਹੋ ਗਏ ਹਜਮ ਟੋਲ ਪਰ ਬੈਠ ਕੇ ਜਾ ਕੇ ਹੁਣ ਕੋਈ ਨਹੀਂ ਬਾਈ ਤੁਸੀਂ ਸਾਡਾ ਹੀ ਤੁੱਕਾ ਜ਼ੋਰ ਲਵਾਉਂਦੇ ਆਪਦਾ ਪਕੌੜੇ ਖਾਈ ਫਿਰਦੇ ਪਿੱਛੇ ਨੂੰ ਹੋ ਜਾ ਤਲਾ ਜਾ
बहुत प्यारा फोन आने भी आ रहे है। मनीला दे फोन आया वीर सुखबीर गरेवाल का, बहुत धन्यवाद है वीर का भी सीधिया वीडियो चल दी काम करद भी देख रहे वीर। मैं ना खुश हो जाता मन कहना साड़ी देख के वीडियो कॉल करी भी भी भाई साड़ा जोर लगे वैसे फुल सानू तो आया पर नज़ारा उन्होंने वीडियो देख के आ सानू आता काम करके भी अच्छे थोड़ा पहला हसबी ने दसा दता ब्याह समान इन्होंने खाधा पै तीन डंग करता दूआ काम पक्की अपनी हरी आले पक्की है बीज का फर्क है सौ बार पंद्रह सौ वाला भुलेखा तो तारी बाई ने ला ली इडली बाई ने भी लाई भी उन्हें लाई भी कहना बाई दो मैं कला है मैं भेड़ा कम जो तू हार गया मैं हार नहीं देख दे तू दो थैले तो कई पाली थी ने पनीर के पकौड़े खाने मारे ने चौबी घंटे भी नहीं हो शर्त न जदे हराया मैं डॉल पर उठी पैसे दिंदा ये हाथ मैं लाऊं रात टॉयलेट का दरवाजा खुला ही रहे बहुत तेन ला गए तेन दसता नहीं समझ हम शर्त बड़ी लगन लग गई अगर दस दे
ਚੰਡਿਆ ਬਾਉਲੀ ਦਿਆਲ ਦਾ ਤੁਹਾਨੂੰ ਤੁਸੀਂ ਪਹਿਲਾਂ ਹੀ ਪਨੀਰ ਵਾਲੇ ਪਕੌੜੇ ਖਾ ਕੇ ਧੋਖੇ ਨਾਲ ਦਿੱਤੇ ਕੋਈ ਕਲੀਅਰ ਕਲੂਅਰ ਨੀ ਜਵਾਨ ਕਰੀ ਤੀ ਓਹੀ ਜਵਾਨ ਕੋਈ ਗਾਈ ਨੀ ਇਹ ਗੱਲੇ ਨੀ ਹੋਈ ਚਾਚੇ ਬਾਈ ਨਹੀਂ ਜਵਾਨ ਤੁਹਾਡੀ ਚੌੜੇ ਹੋ ਗਏ ਖਾਣ ਲੱਗੇ ਪਨੀਰ ਦੇ ਪਕੌੜੇ ਵਿੱਚ ਆਈਸਕ੍ਰੀਮ ਖਾਣ ਆਈਸਕ੍ਰੀਮ ਕਹਿੰਦੇ ਖਾਦੇ ਕਹਿੰਦੇ ਸ਼ਰਤਾਂ ਜਿੱਤ ਗਏ ਸੀ ਥੈਲੇ ਆਣ ਲਈ ਉਹ ਮੈਂ ਮੁੱਕਰੇ ਸ਼ਰਤ ਮੈਂ ਦਊਂਗਾ ਚੱਲ ਦੱਸ ਨਾ ਨਾਲੇ ਕਹੀਂ ਨਾ ਤੈਂ ਕੱਲੇ ਨਹੀਂ ਜਾਣਾ ਲੈ ਉਹ ਤਾਂ ਸਾਡੀ ਮਰਜ਼ੀ ਆ ਉਹ ਤਾਂ ਹੁਣ ਜਾਂ ਜਿੱਤੇ ਵੇਂ ਦੀ ਉਹ ਆ ਤੂੰ ਸਾਡੇ ਸਾਨੂੰ ਚੀਜ਼ ਸੰਭਾਲ ਤੂੰ ਆਪਣਾ ਘਰ ਆਪਣਾ ਕੰਮ ਕਰ ਪੈਸੇ ਦੇ ਕੇ ਆਪਣੇ ਜਿਹੜੇ ਹੈਗੇ ਫੇਰ ਦੇਖ ਤੂੰ ਫੇਰ ਦੇਖ ਤੂੰ ਠੀਕ ਨਹੀਂ ਬਸਲ ਹੁਣ ਮੈਂ ਪ੍ਰੀਤ ਦੇ ਪਕੌੜੇ ਖਿਲਾਉਣ ਲੱਗੇ ਇਹਨੂੰ ਪੁੱਛਿਆ ਨੀ ਵੀ ਇੱਕ ਨੇ ਖਾਣੇ ਕਿ ਦੋ ਨੇ ਵੱਧ ਤੇ ਬਾਈ ਅਸੀਂ ਲਿਆਂਦੇ ਰਸਤੇ ਵਿੱਚ ਘੇਰ ਘੇਰ ਕੇ ਬੰਦੇ ਖਿਲਾਏ ਸੀ ਉਹੀ ਮਾਰੀ ਜਾਂਦਾ ਗੱਲਾਂ ਤੁਸੀਂ ਘੇਰ ਕੇ ਖਿਲਾਏ ਬਾਈ ਇਹਨਾਂ ਨੇ ਨੀ ਹੁਣ ਤਾਰੀ ਪੈਰ ਦੇਣਾ ਜਿਹੜਾ ਆਹ ਨਾ ਇੱਧਰ ਬਣਾਇਆ ਬਾਈ ਖੜਾ ਮੋਟਰ ਨਾ ਛਿੜਦੀ ਮੈਨੂੰ ਪਤਾ ਤਾਂ ਬਾਈ ਮੈਂ ਜਿੱਤਦਾ ਤਾਂ ਜਿੱਤੇ ਉੱਥੇ ਮੈਂ ਸ਼ਰਤ ਬੜੀ ਕਰਤੀ ਬਾਬੇ ਚੜਦਾ ਜੀ ਜਿਹੜੀ ਸ਼ਰਤ ਉਹ ਤੁਹਾਨੂੰ ਸ਼ਰਤ ਲੈ ਦੇ ਬਾਅਦ ਦੱਸੂਗੇ ਪੱਥਰ ਬਸ ਮਾਸੜ ਉਰੇ ਬਹੁਤ ਹੈ ਉਹ ਗਾਹਾਂ ਖਿੱਚ ਦੇਣਾ ਹੁਣ ਗੱਬੇ ਜਿਹੇ ਤੋੜ ਲੈਣਾ ਖੇਤ ਯਾਰ ਪਾਣੀ ਦੀ ਡੋਲੀ ਲਿਆ ਕਰੋ ਇੱਕ ਚੱਠਾ ਭਰਿਆ ਵਾ ਹੈਗਾ ਯਾਰ ਤਾਰਦਾ ਇਹ ਤਾਰ ਮੰਗਦਾ ਟੀਸੀ ਰੱਖਣਾ ਇਹ ਵੀ ਪੈ ਗਿਆ ਫੇਰ ਕਰੂ ਇਹਨੂੰ ਜਾਇ ਨੂੰ ਅੰਦਰ ਬਾੜ